ਜਿੱਥੇ ਮੂਵੀਜ਼ ਫਲॉप ਵੀ ਹੋਈਆਂ ਤਾਂ ਮੇਰੇ ਪਾਪਾ ਡਿਪਰੈਸ਼ਨ ਜਿਹੀ ਗਏ ਉਸ ਟਾਈਮ ਡੈਰੀ ਹੋਈ ਰੋਂਦੀ ਹੋਈ ਮੈਂ ਕਿਹਾ ਬਾਬਾ ਜੀ ਮੇਰੇ ਨਾਲ ਐਦਾਂ ਫੇਰ ਕਿਉਂ ਹੋ ਰਿਹਾ ਹੈ ਪਹਿਲਾਂ ਹੀ ਇੰਨੀ ਮੁਸ਼ਕਿਲ ਇੱਕ ਜੌਬ ਮਿਲੀ ਹੈ ਉੱਥੇ ਵੀ ਕੋਈ ਰਿਸਪੈਕਟ ਨਹੀਂ ਕਰ ਰਿਹਾ ਉੱਥੇ ਵੀ ਕੋਈ ਨਹੀਂ ਜਾਣ ਰਿਹਾ ਪਹਿਲੀ ਵਾਰੀ ਸਭ ਦੇ ਸਾਹਮਣੇ ਉਹਨੇ ਮੈਨੂੰ ਕੁਝ ਐਦਾਂ ਦਾ ਕਹਿ ਤਾ ਮੇਰੇ ਕੱਪੜਿਆਂ ਬਾਰੇ ਟੋਕਦਾ ਮੇਰੀ ਸਾਰੇ ਸੁਪਨਿਆਂ ਦੀ ਗੱਠਰੀ ਬੰਨੀ ਤਾਂ ਆਪਣੇ ਬਸਤੇ ਚ ਪਾ ਲਈ। ਪਾਪਾ ਨੂੰ ਕਿਹਾ ਜਾ ਕੇ ਪਾਪਾ ਨੇ ਕਿਹਾ ਨਹੀਂ ਆ ਨਹੀਂ ਕਰਨਾ। ਆ ਲਾਈਨ ਕੁੜੀਆਂ ਲਈ। ਕਿ ਮੈਂ ਇਦਾਂ ਕਰ ਲਿਆ ਹੁਣ ਕਿਸੇ ਨੂੰ ਨਹੀਂ ਦਿਖ ਰਿਹਾ। ਆਪਣੀ ਅੱਖਾਂ ਬੰਦ ਕਰ ਲੀਆਂ ਨੇ ਨਾ। ਹੁਣ ਦੁਨੀਆ ਵੀ ਨੇਤਰਹੀਨ ਹੋ ਗਈ ਹੁਣ ਕਿਸੇ ਨੂੰ ਕੁਝ ਨਹੀਂ ਪਤਾ। ਜਦ ਲਾਈਫ ਇਜ਼ ਅ ਰੇਸ। ਇਫ ਯੂ ਡੋਨਟ ਰਨ ਫਾਸਟ ਯੂ ਵਿਲ ਬੀ ਅ ਬ੍ਰੋਕਨ ਅੰਡਾ। ਸਾਸਤ੍ਰੀਕਾਲ ਜੀ ਸਾਰਿਆਂ ਨੂੰ मैं मनप्रीत कौर अपने आपू ब्रोकन अंडे के नाल ही हमेशा जाने है। मैं कद अकेडमिक्स से कोई बहुत ज़्यादा एक्सेल नहीं किया कदे पब्लिक स्पीकिंग नहीं कर पाई कदे स्टेज पर नहीं चढ़ पाई क्यों क्योंकि अंदरों एक डर से बहुत ज़्यादा डर सी मैं वो बच्चा भी नहीं सी खे जिन टीचर ने कदे कहता होए कि जाओ बेटा जाके डस्टर लिया दूसरे रूम से अगर कद कह दी ना तो मैं अपनी अचीवमेंट मान लें ਕਿਉਂਕਿ ਇੰਨੀ ਹਿੰਮਤ ਨਹੀਂ ਸੀ ਕਿ ਕਦੇ ਸਟੇਜ ਤੇ ਚੜਾ ਕਿਸੇ ਨਾਲ ਗੱਲ ਕਰ ਪਾਵਾਂ ਨਹੀਂ ਕਰ ਪਾਂਦੀ ਸੀ ਅਕੈਡਮਿਕਸ ਵਿੱਚ ਇੱਕ ਬੱਚਾ ਹੁੰਦਾ ਜਿਹੜਾ ਫਰੰਟ ਬੈਂਚ ਤੇ ਬੈਂਦਾ ਹੈ ਜਿਹਨੂੰ ਸਾਰੇ ਜਾਣਦੇ ਨੇ ਕਿਉਂਕਿ ਉਹ ਪੜ੍ਹਾਈ 'ਚ ਬੜਾ ਵਧੀਆ ਹੁੰਦਾ ਹੈ ਕੁਝ ਬੱਚੇ ਹੁੰਦੇ ਨੇ ਜਿਹੜੇ ਪਿੱਛੇ ਬੈਂਦੇ ਨੇ ਉਹਨਾਂ ਨੂੰ ਵੀ ਸਾਰੇ ਜਾਣਦੇ ਨੇ ਕਿਉਂਕਿ ਉਹਨਾਂ ਦੀ ਮਸਤੀ ਉਹਨਾਂ ਦੀ ਸ਼ੈਤਾਨੀਆਂ ਪਰ ਕੁਝ ਬੱਚੇ ਹੁੰਦੇ ਨੇ ਸੈਂਡਵਿਚ ਦੀ ਤਰ੍ਹਾਂ ਜਿਹੜੇ ਵਿੱਚ ਬਹਿ ਜਾਂਦੇ ਨੇ ਜਿਹੜੇ ਵਿੱਚ ਪਾਸ ਜਾਂਦੇ ਨੇ ਮੈਂ ਉਹੀ ਬੱਚਾ ਸੀ ਇੱਕ ਉਹ ਬੱਚਾ ਜਿਸਦਾ ਨਾਂ ਕੋਈ ਢਾਗ ਨਾ ਨਹੀਂ ਜਾਂਦਾ ਸੀ ਸਮਾਂ ਬੀਤਿਆ ਚਾਹਦੀ ਸੀ ਕਿ ਮੈਂ ਵੀ ਕਦੇ ਸਟੇਜ ਤੇ ਖੜੀ ਹੋਵਾਂ ਗੱਲ ਕਰਾਂ ਲੇਕਿਨ ਆਪਣੀ ਖੁਆਇਸ਼ ਕਿਸੇ ਨੂੰ ਕਹਿ ਹੀ ਨਹੀਂ ਪਾਈ ਆਪਣੇ ਮਾਪਿਓ ਨੂੰ ਵੀ ਨਹੀਂ ਕਹਿ ਪਾਈ ਕਿਉਂਕਿ ਇਹਨਾਂ ਕੌਨਫੀਡੈਂਸ ਨਹੀਂ ਸੀ ਉਹਨਾਂ ਨੂੰ ਆ ਲੱਗਦਾ ਸੀ ਪੜੇਗੀ ਤਾਂ ਹੀ ਤਾਂ ਕੁਝ ਕਰ ਪਾਏਗੀ ਤਾਂ ਆਪਣੇ ਅੰਦਰ ਰੱਖਦੀ ਸੀ ਹਾਂ ਅਰਦਾਸਾ ਜ਼ਰੂਰ ਕਰਦੀ ਸੀ ਕਿ ਕਦੇ ਮੌਕਾ ਆਏ ਮੈਂ ਵੀ ਸਟੇਜ ਤੇ ਖੜੀ ਹੋਵਾਂ ਆਪਣੇ ਆਪ ਨੂੰ ਦੇਖਾਂ ਇਮੇਜਿਨ ਕਰਦੀ ਸੀ ਪਰ ਕਿਸੇ ਦੇ ਅੱਗੇ ਕਹਿੰਦੀ ਨਹੀਂ ਸੀ ਇੱਕ ਟਾਈਮ ਬਾਅਦ ਹਾਈ ਸਕੂਲ ਹੋ ਗਿਆ ਵੱਡੇ ਸਕੂਲ ਚ ਐਡਮਿਸ਼ਨ ਹੋ ਗਿਆ ਜਿੱਥੇ ਹਰ ਦਿਨ ਕੁਝ ਨਵੀਂ ਐਕਟੀਵਿਟੀ ਕਰਨ ਜੋਹਰ ਦਾ ਸਕੂਲ ਸਮਝ ਲਓ ਤੁਸੀਂ ਬਸ ਉਹਦਾ ਦਾ ਸਕੂਲ ਸੀ ਕੁਝ ਨਵੀਂ ਐਕਟੀਵਿਟੀ ਹੋ ਰਹੀ ਏ ਬੱਚੇ ਸਟੇਜ ਤੇ ਅੰਗਰੇਜ਼ੀ ਉਹਨਾਂ ਦੀ ਹੋਏ ਹੋਏ ਪਰ ਮਨਪ੍ਰੀਤ ਕੌਰ ਬ੍ਰੋਕਨ ਅੰਦਾ ਮੇਰੀ ਇੰਗਲਿਸ਼ ਨਹੀਂ ਐ ਇੰਨੀ ਚੰਗੀ ਸੀ ਹੁਣ ਐਦਾ ਦੇ ਸਕੂਲ ਚ ਆ ਗਈ ਜਿੱਥੇ ਮੌਕੇ ਤਾਂ ਬਹੁਤ ਸਾਰੇ ਸੀ ਪਰ ਉਹਨਾਂ ਨੂੰ ਅਫਸਰ ਕਿੱਦਾਂ ਬਣਾਣਾ ਉਹਦਾ ਸਾਹਸ ਜਿਹੜਾ ਸੀ ਨਾ ਉਹ ਸਿੱਗਾ ਨਹੀਂ ਅੰਦਰ ਹੁਣ ਗ੍ਰੈਜੂਏਸ਼ਨ ਦਾ ਟਾਈਮ ਆਇਆ ਪਾਪਾ ਮਮਾ ਨੇ ਪੁੱਛਿਆ ਕਿ ਜ਼ਿੰਦਗੀ ਚ ਬੰਨਣਾ ਕੀ ਹੈ ਪਤਾ ਹੀ ਨਹੀਂ ਕਲੂਲੈਸ ਇੱਕ ਕੁਐਸਚਨ ਮਾਰਕ ਚੈ ਰਹੇ ਤੇ ਐਸਮਸ ਹੁੰਦੀ ਸੀ ਪਾਪਾ ਨੂੰ ਕਿਹਾ ਜਾ ਕੇ ਕਿ ਪਾਪਾ ਚਾਨੀਆਂ ਕਿ ਲੋਕ ਮੈਨੂੰ ਜਾਣਨ ਬੜੀ ਮੁਸ਼ਕਿਲ ਨਾਲ ਆ ਗੱਲ ਕਹੀ ਮੈਂ ਕਿਹਾ ਚਾਨੀਆਂ ਲੋਕ ਕੀ ਮੈਨੂੰ ਜਾਣਨ ਸਾਹਮਣੇ ਖੜੇ ਹੋਂਦੀ ਤਾਂ ਹਿੰਮਤ ਨਹੀਂ ਹੈ ਰੇਡੀਓ ਜੋਕੀ ਦਾ ਕੋਰਸ ਕਰ ਲੈਂਦੀ ਆ ਵੀ ਨਹੀਂ ਪਤਾ ਸੀ ਰੇਡੀਓ ਜੋਕੀ ਬੰਦੇ ਕਿਦਾਂ ਨੇ ਪਾਪਾ ਮੇਰੇ ਪੰਜਾਬੀ ਮੂਵੀਜ਼ ਦੇ ਪ੍ਰੋਡਿਊਸਰ ਨੇ ਵੈਸੇ ਪਰ ਇੱਕ ਬੇਟੀ ਨੂੰ ਲੈ ਕੇ ਨਾ ਹਰ ਪਿਤਾ ਡਰ ਜਾਂਦਾ ਹੈ ਉਹਨਾਂ ਨੂੰ ਲੱਗਿਆ ਮੇਰਾ ਬੱਚਾ ਇਹ ਨਾ ਚਲਾਕ ਇਹ ਨਾ ਚੁਸਤ ਨਹੀਂ ਹੈ ਇਹ ਨਾ ਕੌਨਫੀਡੈਂਟ ਨਹੀਂ ਹੈ ਕਿ ਦੁਨੀਆਂ ਦੇ ਕੰਪੀਟੀਸ਼ਨ ਨੂੰ ਫੇਸ ਕਰ ਪਾਏਗਾ ਉਪਰੋ ਇਕ ਸਮਾਜ ਜਿਹੜਾ ਸਾਡੇ ਨਾਲ ਰਹਿੰਦਾ ਹੈ ਉਹਦੇ ਕੋਲ ਨੌਲੇਜ ਤਾਂ ਬਹੁਤ ਹੈ ਪਰ ਆਪਾਂ ਅੰਗਰੇਜ਼ੀ 'ਚ ਗੱਲ ਕਹਿਨੇ ਆ ਨੌਲੇਜ ਇਜ਼ ਗੁੱਡ ਬਹੁਤ ਅੱਛੀ ਗੱਲ ਹੈ ਤੁਹਾਡੇ ਕੋਲ ਨੌਲੇਜ ਹੈ ਹਾਫ ਨੌਲੇਜ ਇਜ਼ ਡੇਂਜਰਸ ਉਹਦਾ ਤੇ ਕਾਫੀ ਸਾਰੇ ਲੋਕ ਸੀਗੇ ਪਾਪਾ ਦੇ ਨੇੜੇ ਜਿਨ੍ਹਾਂ ਨੇ ਦੱਸਿਆ ਕਿ ਮਾਸ ਕਮਿਊਨੀਕੇਸ਼ਨ ਕਰੂਗੇ ਤਾਂ ਆਰ ਜੇ ਬਣ ਜੂਗੇ ਲੇਕਿਨ ਆਰ ਜੇ ਜਰਨਲਿਸਟ ਦਾ ਘਰ ਆਂਦਾ ਨਾ ਕੋਈ ਟਾਈਮ ਨਹੀਂ ਹੁੰਦਾ 12 12:30 ਵਜੇ ਤੁਹਾਡੀ ਕੁੜੀ ਆਏਗੀ ਤੁਸੀਂ ਰੈਡੀ ਹੋ ਤਾਂ ਭੇਜ ਦਿਓ ਪਾਪਾ ਨੇ ਮਨਾ ਕਰਤਾ ਹੁਣ ਪਹਿਲਾ ਸੁਪਨਾ ਸੀ ਕਿ ਪਹਿਲੀ ਵਾਰੀ ਪਹਿਲੀ ਵਾਰੀ ਕਦੇ ਆ ਕੇ ਪਾਪਾ ਨੂੰ ਕਿਹਾ ਕਿ ਪਾਪਾ ਆਪ ਬੰਨਾ ਹੈ ਮਨਾ ਕਰਤਾ ਆਪਣੇ ਭਰਾ ਨੂੰ ਦੇਖਦੀ ਸੀ ਹਰ ਜਗ੍ਹਾ ਉਹਦੀ ਫੋਟੋਆਂ ਸਕੂਲ ਮੈਗਜ਼ੀਨ 'ਚ ਸਕੂਲ ਕੈਲੰਡਰਸ 'ਚ ਆਪਣੇ ਕਜ਼ਨਸ ਨੂੰ ਦੇਖਦੀ ਸੀ ਹਰ ਦਿਨ ਟਰੋਫੀ ਲੈ ਕੇ ਆ ਰਹੇ ਨੇ ਮੈਡਲ ਲੈ ਕੇ ਆ ਰਹੇ ਨੇ ਕਦੇ ਜੈਲਸ ਨਹੀਂ ਹੋਈ ਕਦੇ ਕੋਈ ਹੀਨ ਭਾਵਨਾ ਨਹੀਂ ਆਈ ਪਰ ਇੱਕ ਖੁਆਇ ਚ ਆਂਦੀ ਸੀ ਅੰਦਰ ਕਿ ਕਦੇ ਮੇਰਾ ਵੀ ਨਾ ਆਏ ਸਕੂਲ ਦੀ ਮੈਗਜ਼ੀਨ 'ਚ ਫੋਟੋ ਨਹੀਂ ਦੇਖਣੀ ਸੀ ਕਿਉਂਕਿ ਐਨਾ ਤਾਂ ਮੈਂ ਦੂਰ ਸੋਚਿਆ ਹੀ ਨਹੀਂ ਹਾਂ ਆ ਆ ਜ਼ਰੂਰ ਚ ਆਉਂਦੀ ਸੀ ਕਿ ਕਿੱਥੇ ਨਾ ਹੀ ਆਜੇ ਹੁਣ ਇੱਕ ਆ ਸਪਨਾ ਸਟੇਜ ਤੇ ਖੜੇ ਹੁੰਦਾ ਇੱਕ ਮੈਗਜ਼ੀਨ 'ਚ ਫੋਟੋ ਦੇਖਣ ਦਾ ਟਰੋਫੀ ਤੱਕਰ ਵੀ ਨਹੀਂ ਸੋਚਿਆ ਕਿਉਂਕਿ ਡਰ ਲੱਗਦਾ ਸੀ ਆਰ ਜੇ ਦਾ ਵੀ ਸਪਨਾ ਸੀ ਸਾਰੇ ਸੁਪਨਿਆਂ ਦੀ ਗਠਰੀ ਬੰਨੀ ਤਾਂ ਆਪਣੇ ਬਸਤੇ 'ਚ ਪਾ ਲਈ ਪਾਪਾ ਨੂੰ ਕਿਹਾ ਜਾ ਕੇ ਪਾਪਾ ਨੇ ਕਿਹਾ ਨਹੀਂ ਆ ਨਹੀਂ ਕਰਨਾ ਆ ਲਾਈਨ ਕੁੜੀਆਂ ਲਈ ਸਹੀ ਨਹੀਂ ਕੋਈ ਗੱਲ ਨਹੀਂ ਮੰਨ ਗਏ ਗ੍ਰੈਜੂਏਸ਼ਨ ਕਰ ਲਈ ਉਸ ਤੋਂ ਬਾਅਦ ਵਕਤ ਆਇਆ ਜੌਬ ਦਾ ਹੁਣ ਜੌਬ ਦਾ ਸ਼ੁਰੂ ਹੋ ਗਿਆ ਜੌਬ ਮਿਲਦਾ ਗਈ ਪਰ ਜੌਬ 'ਚ ਸਸਟੇਨ ਕਰਨਾ ਉੱਥੇ ਰਹਿਣਾ ਨਾ ਬੜਾ ਔਖਾ ਹੁੰਦਾ ਹੈ ਜੌਬ 'ਚ ਜਦ ਮੈਂ ਗਈ ਪੀਆਰ ਕੰਪਨੀ 'ਚ ਜੌਬ ਮਿਲੀ ਜਿਹੜੇ ਦੂਜਿਆਂ ਨੂੰ ਪਬਲਿਸਿਟੀ ਦਿੰਦੇ ਨੇ ਜਿਹੜੇ ਦੂਜਿਆਂ ਨੂੰ ਅੱਗੇ ਲੈ ਕੇ ਆਂਦੇ ਨੇ ਅਖਬਾਰਾਂ 'ਚ ਲੈ ਕੇ ਆਂਦੇ ਨੇ ਟੀਵੀ 'ਤੇ ਲੈ ਕੇ ਆਂਦੇ ਨੇ ਉੱਥੋਂ ਮੇਰੀ ਸ਼ੁਰੂਆਤ ਹੋਈ ਰੋਜ਼ ਅਖਬਾਰ ਪੜ੍ਹਦੇ ਆਪਣੇ ਕਲਾਇੰਟਸ ਦੀ ਫੋਟੋਆਂ ਦੇਖਦੀ ਸੀ ਤਾਂ ਸੋਚਦੀ ਸੀ ਕਿ ਕਦੇ ਮੇਰੀ ਫੋਟੋ ਵੀ ਆਜੇ ਪਰ ਫਿਰ डर लगता सी नहीं कहा एक दिन बोर्डरूम से बैठे सी मेरी मैनेजर कहें कि मनप्रीत आज प्रेजेंटेशन आप दोगे मेरा गला खराब है मैं डर गई एक इंसान जी अंग्रेजी इन्नी अच्छी नहीं है उस तो बाद कॉन्फिडेंस जीरो की कर सकता सी मैनेजर ने कहा है बॉस ने कहा नौकरी तो सबनों प्यारी होंगी है मैं क्या ठीक है दे देंगे प्रेजेंटेशन स्टार्ट की दो तीन स्लाइड्स बाद ही ਬਹੁਤ ਡਰ ਗਈ ਬਹੁਤ ਡਰ ਗਈ ਡਰ ਲੱਗ ਰਿਹਾ ਸੀ ਪਰ ਚੰਦ ਨਹੀਂ ਸੀ ਕਿਸੇ ਨੂੰ ਪਤਾ ਲੱਗੇ ਲੈਪਟਾਪ ਦੀ ਸਕਰੀਨ ਕੁੱਟ ਕੇ ਫੜ ਲਈ ਕਿਉਂਕਿ ਹੱਥ ਕੰਬ ਰਹੇ ਸੀ ਮੈਨੂੰ ਲੱਗਿਆ ਕਿ ਮੈਂ ਇਦਾਂ ਕਰ ਲਿਆ ਹੁਣ ਕਿਸੇ ਨੂੰ ਨਹੀਂ ਦਿਖ ਰਿਹਾ ਆਪਣੀ ਅੱਖਾਂ ਬੰਦ ਕਰ ਲਿਆ ਨੇ ਨਾ ਹੁਣ ਦੁਨੀਆ ਵੀ ਨੇਤਰਹੀਨ ਹੋ ਗਈ ਹੁਣ ਕਿਸੇ ਨੂੰ ਕੁਝ ਨਹੀਂ ਪਤਾ ਜਦ ਬੋਰਡ ਰੂਮ ਤੋਂ ਬਾਹਰ ਆਏ ਕਿਸੇ ਨੇ ਕੁਝ ਨਹੀਂ ਕਿਹਾ ਦੋ ਕਲੀਕ ਸੀਗੇ ਉਹ ਦੂਰ ਬੈਠੇ ਗੱਲ ਕਰ ਰਹੇ ਸੀ ਕਹਿੰਦੇ ਇਦਾਂ ਲੱਗ ਰਿਹਾ ਸੀ कि शायद प्रियंका जी मेरी मैनेजर सी उन्होंने कोई बदला लिता है मनप्रीत न सडनली उसको बोल दिया कि प्रेजेंटेशन मनप्रीत देगी कितनी बुरी तरह डर गई थी वो देखा था मैं दूरों आ गल सुनी हिम्मत नहीं जाके कन्फ्रंट कर पाती उन्होंने सामने कुछ कह पाँदी कुछ नहीं कहा वॉशरूम से गई रोना शुरू करता मैंने याद है जब क्लास से ग्रुप डिस्कशन होंगे ਡਿਬੇਟ 'ਚ ਦਾ ਪਾਰਟਿਸਿਪੇਟ ਕਰਨ ਦੀ ਹਿੰਮਤ ਨਹੀਂ ਸੀ ਕਿਉਂਕਿ ਇਕੱਲੇ ਕਿੱਦਾਂ ਬੰਦਾ ਸਟੇਜ ਤੇ ਖੜਾ ਹੋਏ ਲੇਕਿਨ ਹਾਂ ਗਰੁੱਪ ਡਿਸਕਸ਼ਨ 'ਚ ਜਦ ਪੂਰੀ ਕਲਾਸ ਨੂੰ ਪਾਰਟਿਸਿਪੇਟ ਕਰਨਾ ਪੈਂਦਾ ਸੀ ਉਸ ਟਾਈਮ ਮੈਂ ਕੋਸ਼ਿਸ਼ ਕਰਦੀ ਸੀ ਕਿ ਮੇਰਾ ਮੌਕਾ ਨਾ ਲੱਗੇ ਲੇਕਿਨ ਇੱਕ ਦਿਨ ਮੈਂ ਬੜੀ ਹਿੰਮਤ ਕਰਕੇ ਇੰਗਲਿਸ਼ 'ਚ ਇੱਕ ਸੈਂਟੈਂਸ ਬੋਲਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਗਰੁੱਪ ਡਿਸਕਸ਼ਨ 'ਚ ਮੈਂ ਵੀ ਪਾਰਟਿਸਿਪੇਟ ਕਰਨਾ ਹੈ ਮੈਂ ਵੀ ਦਿਖਾਣਾ ਹੈ ਕਿ ਹਾਂ ਮੇਰੇ 'ਚ ਨੌਲੇਜ ਹੈ ਥੋੜਾ ਮੈਂ ਵੀ ਦੱਸਣਾ ਚਾਹੁੰਦੀ ਹਾਂ ਲੇਕਿਨ ਕੀ ਹੋਇਆ ਸਾਰਿਆਂ ਨੇ ਹੱਸਣਾ ਸ਼ੁਰੂ ਕਰਤਾ ਕਿਉਂਕਿ ਅੰਗਰੇਜ਼ੀ ਟੁੱਟੀ-ਫੁੱਟੀ ਸੀ ਡਰੀ ਹੋਈ ਰੋਂਦੀ ਹੋਈ ਮੈਂ ਕਿਹਾ ਬਾਬਾ ਜੀ ਮੇਰੇ ਨਾਲ ਐਦਾਂ ਫੇਰ ਕਿਉਂ ਹੋ ਰਿਹਾ ਹੈ ਪਹਿਲਾਂ ਹੀ ਇੰਨੀ ਮੁਸ਼ਕਿਲ ਇੱਕ ਜੌਬ ਮਿਲੀ ਹੈ ਉੱਥੇ ਵੀ ਕੋਈ ਰਿਸਪੈਕਟ ਨਹੀਂ ਕਰ ਰਿਹਾ ਉੱਥੇ ਵੀ ਕੋਈ ਨਹੀਂ ਜਾਣ ਰਿਹਾ ਪਹਿਲੀ ਵਾਰੀ ਇੱਕ ਪ੍ਰੈਜੈਂਟੇਸ਼ਨ ਦਿੱਤੀ ਹੈ ਹੁਣ ਉੱਥੇ ਵੀ ਲੋਕ ਮਜ਼ਾਕ ਉਡਾ ਰਹੇ ਨੇ ਮੈਂ ਕੀ ਕਰਾਂ ਕਿੱਦਾਂ ਅੱਗੇ ਵਧਾਂਗੀ ਜ਼ਿੰਦਗੀ 'ਚ ਪਰ ਇੱਕ ਦਿਨ ਜਦ ਅਸੀਂ ਸਾਰੇ ਦੋਸਤ ਬੈਠੇ ਸੀ ਸਭ ਦੇ ਸਾਹਮਣੇ ਉਹਨੇ ਮੈਨੂੰ ਕੁਝ ਐਦਾਂ ਦਾ ਕਹਿ ਦਿੱਤਾ मेरे कपड़िया बारे टोकता मेरी परसनैलिटी बारे टोकता कि वह गल मेरे अंदर रह गई वो अज मेरा दोस्त तो नहीं है लेकिन मैं सोच लिया कि मैं अपनी परसनैलिटी पर काम करना है, पर अपने अथरू मैं पूछे हूँ मैं क्या कोई गल नहीं जो है बहर जाके हूँ कुछ करना है जिंदगी हूँ कुछ बनना है। पता नहीं वो बाबा जी ने कॉन्फिडेंस कितों पाता कि कुछ ना कुछ तो कर लागी ਆਪਣੇ ਆਪ ਨੂੰ ਉਸੇ ਦਿਨ ਐਨਰੋਲ ਕਰਤਾ ਇੱਕ ਪਰਸਨੈਲਿਟੀ ਡਿਵੈਲਪਮੈਂਟ ਇੰਸਟੀਚਿਊਟ ਲੱਭਿਆ ਉੱਥੇ ਐਨਰੋਲ ਕਰਤਾ ਪਤਾ ਵੀ ਨਹੀਂ ਸੀ ਕੀ ਸਿਖਾਉਣਗੇ ਉੱਥੇ ਜੁਆਇਨ ਕੀਤਾ ਪਤਾ ਲੱਗਿਆ ਲਾਈਫ ਸਕਿਲਸ ਜ਼ਿੰਦਗੀ ਚ ਤੁਹਾਨੂੰ ਜਿਹੜੇ ਸਕਿਲਸ ਚਾਹੀਦੇ ਹੁੰਦੇ ਨੇ ਜਿਹੜੇ ਤੁਹਾਡੀ ਪਰਸਨੈਲਿਟੀ ਗਰੂਮ ਕਰਦੇ ਨੇ ਉਹਦਾ ਦੀ ਵੀ ਕੋਈ ਵਰਕਸ਼ਾਪ ਹੁੰਦੀ ਹੈ ਉਹ ਤੁਹਾਨੂੰ ਸਿਖਾਉਣਗੇ ਮੈਂ ਕਿਹਾ ਚਲੋ ਠੀਕ ਹੈ ਕੀ ਖਾਣਾ ਹੈ ਕਿੱਦਾਂ ਪਾਣਾ ਹੈ ਕਿੱਦਾਂ ਕਾਟੇ ਨੂੰ ਫੜਨਾ ਹੈ ਕਿੱਦਾਂ ਛੂਰੀ ਨੂੰ ਫੜਨਾ ਹੈ ਕਿੱਦਾਂ ਬੋਲਣਾ ਹੈ ਕਿੱਦਾਂ ਸਟੇਜ ਤੇ ਰਹਿਣਾ ਹੈ सब कुछ सिखा ऑफिस जाने ऑफिस जाऊँगे तो कपड़े पाने ने शादी ज जा जाऊँगे तो किद कपड़े पाने मैं घर आ कि दस घर आके मम्मी पापा कहेंद भी कोई कोर्सिज होंगे मैं क्या है तो मैं करना हूँ मैं करना है, मैं किसी पुछना नहीं है मैं करना है पापा कहें ठीक है करो कोई गल नहीं मैं जर्नी स्टार्ट की अपना एक सफ़र उतों शुरू किया सिर्फ मेरा इन्ना ज्या छोटा जहा गोल कि मैं ਸਿਰਫ ਸਟੇਜ ਤੇ ਖੜੇ ਹੋ ਕੇ ਚਾਰ ਬੰਦਿਆਂ ਦੇ ਅੱਗੇ ਪ੍ਰੈਜੈਂਟੇਸ਼ਨ ਦੇ ਸਕਾਂ ਛੋਟਾ ਜਿਹਾ ਗੋਲ ਲੈ ਕੇ ਮੈਂ ਚੱਲੀ ਸੀ ਪਰ ਹਾਂ ਉਸ ਦਿਨ ਇੱਕ ਗੱਲ ਮੈਂ ਆਪਣੇ ਆਪ ਨੂੰ ਦੱਸਤੀ ਮੈਂ ਕਿਹਾ ਕਿ ਹੋਈ ਹੋਰ ਤਾਂ ਮੇਰੇ ਤੇ ਕੌਨਫੀਡੈਂਸ ਰੱਖਦਾ ਨਹੀਂ ਹੈ ਮੈਨੂੰ ਵੀ ਆਪਣੇ ਤੇ ਨਹੀਂ ਹੈ ਆਪਣੇ ਬਾਬਾ ਜੀ ਤਾਂ ਕੌਨਫੀਡੈਂਸ ਹੈਗਾ ਉਸ ਦਿਨ ਤੋਂ ਨਾ ਮੈਂ ਇੱਕ ਗੱਲ ਕਹਿਣੀ ਸ਼ੁਰੂ ਕਰਤੀ ਸਾਰੇ ਜਾਣਦੇ ਨੇ ਜਦ ਵੀ ਮੈਂ ਦਿੱਤੀ ਗੀਤ ਮੈਂ ਆਪਣੀ ਫੇਵਰੇਟ ਹਾਂ ਮੈਂ ਆ ਤਾਂ ਨਹੀਂ ਕਿਹਾ ਮੈਂ ਆਪਣੀ ਫੇਵਰੇਟ ਹਾਂ ਮੈਂ ਆ ਜ਼ਰੂਰ ਕਿਹਾ ਕਿ ਮੈਂ ਬਾਬਾ ਜੀ ਦੀ ਫੇਵਰੇਟ ਹਾਂ मैं आह गल सवेरे शामी राती खो खांधे सोने अपने आप आपू दसती रही अगे नहीं कहती सू दस दी उ जाके उ वर्कशॉप मैं अपना इंस्टीट्यूट च गई अपने ट्रेनरसू सामने खड़े देखा मैं क्या इदा दर्सनैलिटी होंगी है ਬਿਜ਼ਨਸ ਸੂਟ ਚ ਆ ਰਹੇ ਨੇ ਔਰ ਪ੍ਰੈਜੈਂਟੇਸ਼ਨ ਦੇ ਰਹੇ ਨੇ ਮੈਂ ਇਦਾਂ ਹੁੰਦੀ ਸੀ ਬਾਬਾ ਜੀ ਮੈਂ ਵੀ ਕਦੇ ਇਦਾਂ ਦਾ ਕੁਝ ਕਰ ਪਾਵਾਂ ਹੋਰ ਥੋੜੇ ਜਿਹੇ ਸੁਪਨੇ ਨਾ ਵੱਧ ਗਏ ਕਿਉਂਕਿ ਐਕਸਪੋਜ਼ਰ ਜ਼ਿਆਦਾ ਮਿਲ ਗਿਆ ਦੁਨੀਆ 'ਚ ਇੰਨਾ ਕੁਝ ਹੈ ਪਤਾ ਲੱਗਿਆ ਉਹ ਆਫਿਸ 'ਚ ਥੋੜੀ ਛੋਟੀ ਸਪੇਸ ਸੀਗੀ ਸਾਰੇ ਲੋਕੀ ਕੈਜੂਅਲੀ ਆਂਦੇ ਸੀ ਪਰ ਹੁਣ ਮੈਨੂੰ ਪਤਾ ਲੱਗਿਆ ਕਿ ਕਿੱਦਾਂ ਜਾਣਾ ਹੈ ਕਿੱਦਾਂ ਪਾਣਾ ਹੈ ਕਿੱਦਾਂ ਖਾਣਾ ਹੈ ਸਮਝ ਆਇਆ ਹੁਣ ਮੈਂ ਸੋਚਿਆ ਕਿ ਆ ਮੈਂ ਵੀ ਕਰਨਾ ਹੈ ਆ ਸੌਫਟ ਸਕਿਲਸ ਲਾਈਫ ਸਕਿਲਸ ਜਿਹੜੇ ਨੇ ਮੈਂ ਵੀ ਸिखਾਉਣੇ ਨੇ ਸਪਨੇ ਹੋਰ ਥੋੜੇ ਜਿਹਾ ਵੱਧ ਗਏ ਪਤਾ ਨਹੀਂ ਸੀ ਕਿੱਦਾਂ ਕਰਨਾ ਸ਼ੁਰੂ ਕਰਤਾ ਇੱਕ ਵਕਤ ਆਇਆ ਜਦ ਮੈਨੂੰ ਮੇਰੇ ਬਾਬਾ ਜੀ ਨੇ ਐਨਾ ਕੌਨਫੀਡੈਂਸ ਦਿੱਤਾ ਕਿ ਬ੍ਰੋਕਨ ਅੰਡਾ ਤਾਂ ਤੂੰ ਹੈਂ ਕੋਈ ਨਹੀਂ ਫੇਲ ਹੋਣਾ ਤੈਨੂੰ ਆਂਦਾ ਪਾਸ ਹੋਈ ਤਾਂ ਠੀਕ ਹੈ ਨਹੀਂ ਹੋਈ ਤਾਂ ਟਰਾਈ ਕਰਦੀ ਰਹੀ ਮੈਂ ਐਨਾ ਕੌਨਫੀਡੈਂਸ ਲੈ ਲਿਆ ਕਿ ਫੇਲਿਅਰਸ ਐਕਸੈਪਟ ਕਰ ਲਾਂਗੀ ਹੁਣ ਜਿੱਥੇ ਵੀ ਮੌਕਾ ਮਿਲਦਾ ਸੀ ओपन माए कविता गाना नचना मैं स्टेज पर चढ़ जाती दस तो बारह परफॉर्मेंसिस तो बाद एक वक्त आया जब एक बंदा सी सिर्फ मेरी वेबिनार वेबीनार ऑनलाइन मैं वर्कशॉप लै रही थी लॉकडाउन से सिर्फ़ एक बंदा एक ऑडियंस पर मैं आज समझ आ गया एक ऑडियंस भी है ना वो मेरी है सौ परसेंट नहीं देना उत्थ प्रसेंट देना दो सौ प्रसेंट दिता अपना आत्मविश्वास रखे ਔਰ ਪਰਫਾਰਮ ਕਰਨਾ ਸ਼ੁਰੂ ਕਰਤਾ ਨਾਲੇ ਥੀਏਟਰ ਵੀ ਜੁਆਇਨ ਕਰ ਲਿਆ ਮੈਂ ਕਿਹਾ ਹੁਣ ਕੁਝ ਨਹੀਂ ਛੱਡਣਾ ਥੀਏਟਰ ਵੀ ਕਰਾਂਗੇ ਸਟੇਜ ਤੇ ਰਹਿਣ ਦਾ ਕੋਈ ਮੌਕਾ ਨਹੀਂ ਛੱਡਣਾ ਹਰ ਦਿਨ ਤਾਂ ਕਿਉਂਕਿ ਪਰਫਾਰਮੈਂਸ ਆਂਦੀ ਨਹੀਂ ਸੀ ਪ੍ਰੈਜੈਂਟੇਸ਼ਨ ਆਂਦੀ ਨਹੀਂ ਸੀ ਮੈਂ ਕਿਹਾ ਸਟੇਜ ਤੇ ਰਹਿਣਾ ਥੀਏਟਰ ਚ ਇਹ ਵੀ ਉਹਨਾਂ ਨੇ ਪਹਿਲਾਂ ਮੈਨੂੰ ਬੈਕਸਟੇਜ ਦਾ ਕੰਮ ਦਿੱਤਾ ਮੈਂ ਕਿਹਾ ਕੋਈ ਨਹੀਂ ਇੱਕ ਦਿਨ ਤਾਂ ਆਏਗਾ ਜੋ ਬੈਕਸਟੇਜ ਤੋਂ ਫਰੰਟ ਤੇ ਵੀ ਆਵਾਂਗੇ ਆਇਆ ਉਹ ਵਕਤ ਵੀ ਆਇਆ ਹੁਣ ਬੜੇ ਪ੍ਰਾਊਡਲੀ ਬੜੇ ਨਿਮਾਣੇ ਹੋ ਕੇ ਵੀ ਮੈਂ ਆ ਦੱਸਣਾ ਚਾਹੁੰਦੀ ਆ ਅੱਜ ਮਨਪ੍ਰੀਤ ਕੌਰ ਇੱਕ ਕੰਪਨੀ ਦੀ ਫਾਊਂਡਰ ਹੈ ਜਿਹਦਾ ਨਾਮ ਹੈ ਵਿਸ ਕਮਿਊਨੀਕੇਸ਼ਨਸ ਉਹ ਕੰਪਨੀ ਹੁਣ ਦੂਜਿਆਂ ਨੂੰ ਸਿਖਾਉਂਦੀ ਹੈ ਮੇਰੇ ਵਰਗੇ ਬਹੁਤ ਸਾਰੇ ਮਨਪ੍ਰੀਤ ਕੋਰ ਨੇ ਦੂਜਿਆਂ ਨੂੰ ਸਿਖਾਉਂਦੀ ਆਪਣੀ ਪਰਸਨੈਲਿਟੀ ਤੇ ਕਿੱਦਾਂ ਕੰਮ ਕਰਨਾ ਹੈ ਕਿੱਦਾਂ ਪਬਲਿਕ ਸਪੀਕਿੰਗ ਕਰਨੀ ਹੈ ਕਿੱਦਾਂ ਸਟੇਜ ਦੀ ਇੱਕ ਜਰਨੀ ਹੁੰਦੀ ਹੈ ਡਰ ਤੋਂ ਇਸ਼ਕ ਮੇਰਾ ਤਾਂ ਸਟੇਜ ਹੁਣ ਨਿਸ਼ਕ ਹੈ ਕਿਉਂਕਿ ਮੈਨੂੰ ਆ ਸਮਝ ਆ ਗਿਆ ਸੀ ਕਮਿਊਨੀਕੇਸ਼ਨ ਸਕਿੱਲ ਕੋਈ ਰਾਕਟ ਸਾਇੰਸ ਨਹੀਂ ਹੈ ਇੱਕ ਆਰਟ ਹੈ ਔਰ ਆਰਟਿਸਟ ਤੁਸੀਂ ਬਣ ਸਕਦੇ ਹੋ ਅਗਰ ਤੁਸੀਂ ਪ੍ਰੈਕਟਿਸ ਕਰੋ ਹਰ ਦਿਨ ਮੈਂ ਹੁਣ ਵੀ ਪ੍ਰੈਕਟਿਸ ਕਰਨੀ ਆ ਨਾਲੇ 4 ਸਾਲ ਦੇ ਬੱਚੇ ਤੋਂ 60 ਸਾਲ ਦੇ ਡਾਕਟਰ ਹਾਊਸ ਵਾਈਫ ਹਰ ਕਿਸੇ ਨੂੰ ਸਿਖਾਣੀ ਆ ਕਿ ਕਿਦਾਂ ਤੁਸੀਂ ਸਟੇਜ ਤੇ ਰਹਿ ਕੇ ਸਟੇਜ ਦਾ ਮਾਨ ਰੱਖ ਕੇ ਸਟੇਜ ਤੇ ਪਰਫਾਰਮ ਕਰ ਸਕਦੇ ਹੋ ਜਿਸ ਥੀਏਟਰ ਗਰੁੱਪ 'ਚ ਮੈਂ ਬੈਕਸਟੇਜ ਸੀਗੀ ਉਹਦੀ ਅੱਜ ਮੈਂ ਪ੍ਰੋਡਕਸ਼ਨ ਮੈਨੇਜਰ ਆ ਜਿਹੜੇ ਸਟੇਜ ਤੋਂ ਮੈਂ ਡਰਦੀ ਸੀ ਹੁਣ ਉੱਥੇ ਰਹਿਣਾ ਛਾ ਲੱਗਦਾ ਦੱਸਿਆ ਸੀ ਨਾ ਪਾਪਾ ਕੌਨਫिडेंट ਨਹੀਂ ਸੀਗੇ ਪਰਸਨੈਲਿਟੀ ਨੂੰ ਲੈ ਕੇ ਆਪਣੇ ਆਪ ਤੇ ਵੀ ਮੈਨੂੰ ਕੋਈ ਕੌਨਫिडेंस ਨਹੀਂ ਸੀ ਉਹ ਗਲਤ ਨਹੀਂ ਸੀ ਉਹ ਆਪਣੀ ਜਗ੍ਹਾ ਸਹੀ ਸੀ ਕਿਉਂਕਿ ਬੱਚਾ ਐ ਨਾ ਸਮਾਰਟ ਨਹੀਂ ਸੀ ਨਾ ਉਹਨਾਂ ਦਾ ਹੁਣ ਆਡੀਅנס ਜੇ ਬੈਕ ਹੈ ਕਹਿੰਦੇ ਨੇ ਤਾਲੀਆਂ ਤਾਂ ਮਾਰਦੇ ਹੀ ਨੇ ਜਦ ਦੁਨੀਆ ਤਾਲੀਆਂ ਮਾਰਦੀ ਹੈ ਨਾ ਉਹ ਰੋਂਦੇ ਨੇ ਖੁਸ਼ੀ ਨਾਲ ਰੋਂਦੇ ਨੇ ਇਮੋਸ਼ਨਲ ਹੋ ਜਾਂਦੇ ਨੇ ਅੱਖਾਂ ਉਹਨਾਂ ਦੀ ਭੜ ਜਾਂਦੀਆਂ ਨੇ ਤਾਂ ਮੈਨੂੰ ਕਹਿੰਦੇ ਨੇ ਬੇਟਾ ਜੋ ਮੈਂ ਕਰਨਾ ਚਾਹੁੰਦਾ ਸੀ ਨਾ ਉਹ ਤੂੰ ਕਰ ਰਹੀ ਹੈਂ ਪੁੱਤਰ ਹੈ ਤੂੰ ਮੇਰਾ ਤਾਂ ਮੈਂ ਕਹਿੰਨੀ ਆ ਪਾਪਾ ਪੁੱਤਰ ਨਹੀਂ ਆ ਮੈਂ ਧੀ ਹੀ ਆ ਮੈਨੂੰ ਧੀ ਹੀ ਰੱਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਪਾਪਾ ਪ੍ਰੋਡਿਊਸਰ ਸੀ ਪਰ ਉਹਨਾਂ ਦੀ ਫਿਲਮਾਂ ਨਹੀਂ ਚੱਲੀਆਂ ਉਹਨਾਂ ਦਾ ਸੁਪਨਾ ਸੀ ਕਿ ਮੈਂ ਫਿਲਮਾਂ 'ਚ ਕੁਝ ਕਰਨਾ ਹੈ ਮੂਵੀਜ਼ ਤਾਂ ਉਹਨਾਂ ਨੇ ਪ੍ਰੋਡਿਊਸ ਕਰ ਲਈਆਂ ਲੇਕਿਨ ਐਨੀ ਨੌਲੇਜ ਨਹੀਂ ਸੀ ਕਿ ਉਹ ਮੂਵੀਜ਼ ਨੂੰ ਚਲਾਉਣਾ ਕਿੱਦਾਂ ਅਸੀਂ ਘਰ 'ਚ ਐਦਾਂ ਦਾ ਵੀ ਮਾਹੌਲ ਦੇਖਿਆ ਜਿੱਥੇ ਮੂਵੀਜ਼ ਫਲॉप ਵੀ ਹੋਈਆਂ ਤਾਂ ਮੇਰੇ ਪਾਪਾ ਡਿਪਰੈਸ਼ਨ 'ਚ ਹੀ ਗਏ। ਉਸ ਟਾਈਮ ਮੇਰੇ 'ਚ ਇੰਨਾ ਕੰਫੀਡੈਂਸ ਵੀ ਨਹੀਂ ਸੀ ਕਿ ਮੈਂ ਪਾਪਾ ਨਾਲ ਜਾ ਕੇ ਗੱਲ ਕਰਾਂ ਬੰਦੀ। ਸਾਡੇ ਕਿੰਨੇ ਪੈਸੇ ਡੁੱਬ ਗਏ। ਪਾਪਾ ਦੁਖੀ ਰਹਿੰਦੇ ਸੀ, ਸਿਰਫ ਮੰਮੀ ਨਾਲ ਗੱਲ ਕਰਦੇ ਸੀ। ਕੋਸ਼ਿਸ਼ ਕਰਦੀ ਸੀ ਕਿ ਜਾਵਾਂ, ਕਦੇ ਪੁੱਛਾਂ, ਕਦੇ ਗੱਲ ਕਰਾਂ ਪਰ ਹਿੰਮਤ ਨਹੀਂ ਪਈ। ਸੋਚਿਆ ਹੁਣ ਕੁਝ ਨਹੀਂ ਕਰਨਾ, ਹੁਣ ਜੌਬ ਕਰਾਂਗੀ। ਮੇਰੀ ਛੋਟੀ ਜਿਹੀ ਜੋਬ ਮੇਰੇ ਪਾਪਾ ਨੂੰ ਕੀ ਹੈਲਪ ਕਰ ਦਿੰਦੀ ਪਰ ਇੱਕ ਆਪਣੇ ਆਪ ਨੂੰ ਸੈਟੀਸਫਾਈ ਕਰਨ ਲਈ ਇੱਕ ਤੀਜੋ ਸੋਚ ਸਕਦੀ ਉਹ ਮੈਂ ਸੋਚਿਆ ਇੱਕ ਸਟੱਡੀ ਨੇ ਦੱਸਿਆ ਸੀ ਕਿ ਸਿਉਸਾਈਡ ਆਸਾਨ ਹੈ ਪਰ ਬਹੁਤ ਲੋਕਾਂ ਲਈ ਨਾ ਸਟੇਜ ਤੇ ਖੜੇ ਹੋਣਾ ਬਹੁਤ ਔਖਾ ਹੈ ਤਾਂ ਮੈਂ ਸੋਚ ਲਿਆ ਕਿ ਹੁਣ ਜਿਹੜੀ ਸਟਰਗਲ ਮੈਂ ਕੀਤੀ ਹੈ ਮੈਂ ਕਿਸੇ ਹੋਰ ਨੂੰ ਨਹੀਂ ਕਰਨ ਦੇਣੀ ਜਾਂਦੇ ਜਾਂਦੇ ਮੈਂ ਇੱਕ ਚੀਜ਼ ਦੱਸਣਾ ਚਾਹੁੰਦੀ ਆ ਜਿਹੜੇ ਮੇਰੇ ਪਾਪਾ ਨੇ ਮੈਨੂੰ ਦੱਸੀ ਸੀ ਫਲ ਨੀਵੀਆਂ ਰੁੱਖਾਂ ਨੂੰ ਮਿੱਠੇ ਲੱਗਦੇ ਸਿਮਲਾ ਗੁਮਾਨ ਨਾ ਕਰੀ ਆਹੀ ਇੱਕ ਚੀਜ਼ੇ ਜਿਹੜੀ ਦਿਨ ਰਾਤ ਸਵੇਰੇ ਸ਼ਾਮ ਮੈਂ ਆਪਣੇ ਆਪ ਨੂੰ ਦੱਸਨੀ ਆ ਔਰ ਮੈਂ ਦੱਸਨੀ ਆ ਕਿ ਤੈਨੂੰ ਅਵਾਰਡ ਮਿਲ ਗਿਆ ਪਰ ਕਦੇ ਭੁੱਲੀ ਨਾ ਕਿ ਤੂੰ ਕੀ ਸੀ ਕਿੱਥੋਂ ਤੂੰ ਸ਼ੁਰੂਆਤ ਕੀਤੀ ਸੀ ਔਰ ਤੇਰੇ ਵਰਗੇ ਬਹੁਤ ਸਾਰੇ ਨੇ ਤੇਰੇ ਤੋਂ ਵੱਧ ਵੀ ਨੇ ਤੇਰੇ ਤੋਂ ਘੱਟ ਵੀ ਨੇ ਕਿਸੇ ਨੂੰ ਆਹ ਨਹੀਂ ਦਿਖਾਣਾ ਕਿ ਅੱਜ ਹੋ ਸਕਦਾ ਹੈ ਕਿ ਤੂੰ ਕਰ ਰਹੀ ਹੈ ਪਰ ਕੱਲ ਵਕਤ ਦਾ ਕੁਝ ਨਹੀਂ ਪਤਾ ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇਨਸਪਾਇਰ ਕਰਨ ਦਾ ਜਜ਼ਬਾ ਹੈ ਤੇ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ ਤਾਂ ਇਸ QR ਕੋਡ ਨੂੰ ਸਕੈਨ ਕਰੋ ਤੇ ਕਮੈਂਟਸ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਸਪੀਕਰ ਬਣ ਦਾ ਮੌਕਾ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ